ਅੱਲਾ ਦੀ ਜ਼ਾਤ ਪਾਕ ਨੇ ਕੁਰਾਨੇ ਪਾਕ ਦੇ ਅੰਦਰ ਸੈਯਦਨਾ ਇਬਰਾਹੀਮ ਅਲੈਹਿ ਸਲਾਮ ਦਾ ਇਸ ਤੋਂ ਉੱਤੇ ਜ਼ਿਕਰ ਫਰਮਾਇਆ ਹੈ। ਤੋ ਆਪਨੇ ਜਿਹੜੇ ਬੁੱਤ ਪੂਜਦੇ ਸਨ ਆਪ ਦੇ, ਉਹਨਾਂ ਨੂੰ ਆਪਨੇ ਮੁਖਾਤਬ ਕਰਕੇ ਫਰਮਾਇਆ ਕਿ ਤੁਸੀਂ ਬੁੱਤਾਂ ਦੀ ਪੂਜਾ ਕਰਦੇ ਜੇ, ਔਰ ਉਹਨਾਂ ਆਖਿਆ ਕਿ ਅਸੀਂ ਬੁੱਤਾਂ ਦੀ ਪੂਜਾ ਕਰਦੇ ਹਾਂ ਔਰ ਉਸ ਦੀ ਪੂਜਾ ਜਿਹ 'ਚ ਅਸੀਂ ਹਮੇਸ਼ਾ ਮਸਰੂਫ ਰਹਿੰਦੇ ਹਾਂ, ਮੁਨਹਮਿਕ ਰਹਿੰਦੇ ਹਾਂ। ਕੁਰਾਨ ਪਾਕ ਦਾ ਮੈਂ ਤਰਜਮਾ ਤਰਜ ਪਿਆ ਕਰਨਾ। ਆਪਨੇ ਫਰਮਾਇਆ ਕਿਆ ਉਹ ਸੁਣਦੇ ਨੇ ਤੁਹਾਡੀ ਗੱਲ ਨੂੰ, ਔਰ ਫਿਰ ਤੁਹਾਡੀ ਪੁਕਾਰ ਨੂੰ ਉਹ ਸੁਣਦੇ ਨੇ ਔਰ ਤੁਹਾਨੂੰ ਕੁਛ ਨਫ਼ਾ ਪਹੁੰਚਾ ਸਕਦੇ ਨੇ ਜਾਂ ਤੁਹਾਨੂੰ ਕੋਈ ਨੁਕਸਾਨ ਦੇ ਸਕਦੇ ਨੇ? ਉਹਨਾਂ ਲਾਜਵਾਬ ਹੋ ਕੇ ਆਖਿਆ ਕਿ ਅਸੀਂ ਆਪਣੇ ਬਾਪਾਂ ਨੂੰ ਇਸੇ ਤਰ੍ਹਾਂ ਹੀ ਕਰਦਿਆਂ ਵੇਖਿਆ ਹੈ। ਆਪਨੇ ਫਰਮਾਇਆ ਤੁਸੀਂ ਉਹਨਾਂ ਦੀ ਬੇਬਸੀ ਨੂੰ ਵੇਖਦੇ ਆਵੇ ਜਾਓ ਕਿ ਜਿਨ੍ਹਾਂ ਦੀ ਤੁਸੀਂ ਪ੍ਰਸਤਿਸ਼ ਕਰਦੇ ਜੇ ਆਪਣੇ ਹੱਥਾਂ ਨਾਲ ਖੜ ਕੇ ਔਰ ਆਪਣੇ ਸਾਹਮਣੇ ਉਹਨਾਂ ਦੀ ਪੂਜਾ ਕਰਕੇ, ਅਤੇ ਨਾ ਉਹ ਆਵਾਜ਼ ਸੁਣਦੇ ਨੇ ਨਾ ਤੁਹਾਨੂੰ ਜਵਾਬ ਦਿੰਦੇ ਨੇ, ਉਹਨਾਂ ਦੀ ਬੇਬਸੀ ਨੂੰ ਤੁਸੀਂ ਵੇਖਦੇ ਹੋਇਆ ਫਿਰ ਉਸਨਾਂ ਦੀ ਪੂਜਾ ਕਰਦੇ ਜੇ। ਆਪਨੇ ਫਰਮਾਇਆ ਫਇਨਹੁਮ ਅਦੂਵੁਲੀ ਇਲਾ ਰੱਬਲ ਆਲਮੀਨ, ਕਿ ਉਹ ਸਾਰੇ ਮੇਰੇ ਦੁਸ਼ਮਣ ਨੇ ਸਵਾ ਉਸ ਰੱਬ ਤੋਂ ਜਿਹੜਾ ਪਾਲਣ ਵਾਲਾ ਹੈ ਸਾਰਿਆਂ ਜਹਾਨਾਂ ਦਾ। ਅੱਲਾਜ਼ੀ ਖਲਕਨੀ, ਜਿਸ ਨੇ ਮੈਨੂੰ ਪੈਦਾ ਫਰਮਾਇਆ ਹੈ, ਵਯਹਦੀਨੀ, ਔਰ ਹਰ ਕਦਮ 'ਤੇ ਮੇਰੀ ਰਹਿਨੁਮਾਈ ਫਰਮਾਉਂਦਾ ਹੈ, ਵੱਲਜ਼ੀ ਹੋਵਾ ਯੁਤੇਮੋਨੀ, ਉਹ ਜਿਹੜਾ ਮੈਨੂੰ ਖਿਲਾਉਂਦਾ ਵੀ ਹੈ, ਵਯਸਕੀਨੀ, ਔਰ ਮੈਨੂੰ ਪਿਲਾਉਂਦਾ ਵੀ ਹੈ। ਇਹ ਸਾਰੀਆਂ ਚੀਜ਼ਾਂ ਦਾ ਤਾਲੁਕ ਇਨਸਾਨ ਦੇ ਜਿਸਮ ਦੇ ਨਾਲ ਹੈ ਬਜ਼ਾਹਿਰ। ਵਾਇਜ਼ਾ ਮਰੇ ਤੋਹਫ਼ਾ ਹੋਇਆ ਯਸ਼ਫੀਨੀ, ਜਿਸ ਵਕਤ ਮੈਂ ਬਿਮਾਰ ਹੁੰਦਾ ਤਾਂ ਉਹ ਮੈਨੂੰ ਸਿਹਤ ਬਖਸ਼ਦਾ ਹੈ। ਵੱਲਾਜ਼ੀ ਯੁਮੀਤੁਨੀ ਸੁਮਾ ਯੁਹਯੀਨੀ, ਜਿਸ ਵਕਤ ਵਕਤ ਵਿਸਾਲ ਆਵੇਗਾ ਇਸ ਜਹਾਨ ਤੋਂ ਚਲਾ ਜਾਵਾਂਗਾ ਔਰ ਫਿਰ ਉਹ ਜ਼ਿੰਦਾ ਕਰਦਾ ਹੈ। ਵੱਲਾਜ਼ੀ ਆਤਮਾਵਾਂ ਯਗਫਿਰ ਅਲੀ, ਕਿ ਜਿਸ ਦੇ ਕੋਲੋਂ ਮੈਂ ਉਮੀਦ ਰੱਖਣਾ ਕਿ ਉਹ ਬਖਸ਼ ਦੇਗਾ ਮੇਰੇ ਵਾਸਤੇ ਮੇਰੀ ਖਿਤਾਵਾਂ ਨੂੰ, ਯੌਮਦੀਨ ਰੋਜ਼ੇ ਜਜ਼ਾ ਨੂੰ। ਇਹ ਕੁਰਾਨ ਪਾਕ ਦੀ ਆਇਤ ਕਰੀਮਾ ਸੈਯਦਨਾ ਇਬਰਾਹੀਮ ਅਲੈਹਿ ਸਲਾਮ ਨੇ ਆਪਣੀ ਜ਼ਿੰਦਗੀ ਦਾ ਸਾਰਾ ਮਨਸ਼ੂਰ ਔਰ ਨਿਜ਼ਾਮ ਜਿਹੜਾ ਹੈ, ਆਲਮੀ ਅਸਬਾਬ ਦਾ ਵੀ ਜ਼ਿਕਰ ਫਰਮਾਇਆ, ਆਉਣ ਵਾਲੇ ਵਕਤ ਦਾ ਵੀ ਜ਼ਿਕਰ ਫਰਮਾਇਆ, ਇੱਥੇ ਰਹਿਣ ਦਾ ਵੀ ਔਰ ਇੱਥੋਂ ਜਾਣ ਦਾ ਵੀ ਜ਼ਿਕਰ ਫਰਮਾਇਆ। ਤੋ ਅੱਲਾ ਦੀ ਜ਼ਾਤ ਪਾਕ ਦੀ ਜ਼ਾਤ ਦੇ ਨਾਲ ਸਾਰੀਆਂ ਚੀਜ਼ਾਂ ਦਾ ਤਾਲੁਕ ਜ਼ਿਕਰ ਕਰ ਦਿੱਤਾ, ਆਪਣੀ ਤਖਲੀਕ ਦਾ ਵੀ, ਆਪਣੇ ਬਿਮਾਰੀਆਂ ਦਾ ਵੀ। ਅਰਫ ਰੂਮ ਇਸ ਦੇ ਉੱਤੇ
ਅਰਜ਼ ਕਰਨ ਲੱਗੇ ਨੇ, ਮੁਨਾਜਾਤ ਹੀ ਸਮਝ ਲਵੋ, ਅੱਗੇ ਵੀ ਮੁਨਾਜਾਤ ਹੀ ਹੈ, ਤਾਂ ਉਸ ਨੂੰ ਗੌਰ ਦੇ ਨਾਲ ਸੁਣੋ ਜੀ। ਗੁਫਤ ਪੈਗੰਬਰ ਕੇ ਯਜ਼ਦਾਨੇ ਮਜੀਦ, ਗੁਫਤ ਪੈਗੰਬਰ ਕੇ ਯਜ਼ਦਾਨੇ ਮਜੀਦ, ਤੇਰੇ ਨਾਲ ਬੰਦਾ ਸੁੱਤਾ ਪਿਆ, ਇਹਨੂੰ ਜਗਾਵੀਂ। 10 ਮਿੰਟ ਨੇ ਅੱਲਾ ਦੇ ਬੰਦਾ ਹੀ ਉਹ ਕੰਮ ਕਰਨ ਆਇਆ। ਯਹਾਂ ਫਰਮਾਦੇ ਗੁਫਤ ਪੈਗੰਬਰ ਕੇ ਯਜ਼ਦਾਨੇ ਮਜੀਦ, ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਕਿ ਅੱਲਾ ਤਾਲਾ ਨੇ ਅਜ ਪਏ ਹਰ ਦਰਦ ਦਰਮਾ ਆਫਰੀਦ, ਕਿ ਹਰ ਦਰਦ ਦਾ ਇਲਾਜ ਪੈਦਾ ਫਰਮਾਇਆ ਹੈ, ਕਿ ਜੋ ਤਕਲੀਫ ਵੀ ਹੈ, ਅਗਰ ਤਕਲੀਫ ਪੈਦਾ ਕੀਤੀ ਸੂ ਤੇ ਨਾਲ ਉਸਦਾ ਇਲਾਜ ਵੀ ਪੈਦਾ ਕੀਤਾ ਸੀ, ਉਸਦਾ ਦਰਮਾ ਵੀ ਕੀਤਾ ਸੀ। ਘਰ ਚ ਦਰਮਾ ਜੋਈ ਵਾ ਗੋਈ ਬਜਾ, ਅਗਰ ਤੂੰ ਇਲਾਜ ਨੂੰ ਤਲਾਸ਼ ਕਰੇ ਤੇ ਦਿਲ ਦੇ ਨਾਲ ਆਖੇ, ਇਖਲਾਸ ਦੇ ਨਾਲ ਆਪਣੀ ਮਾਲਕ ਕਰੀਮ ਦੀ ਬਾਰਗਾਹ ਦੇ ਵਿੱਚ ਅਰਜ਼ ਕਰੇ, ਕਹਿ ਖੁਦਾਵੰਦ ਦਰਮਾਨੇ ਕਾਰੇ ਮਾਰਸਾਂ, ਕਿ ਮੇਰੇ ਖੁਦਾ ਮੇਰੇ ਕੰਮ ਦਾ ਇਲਾਜ ਕਰ ਦੇ। ਤੋ ਫਰਮਾਉਂਦੇ ਨੇ ਕਿ ਅੱਲਾ ਦੀ ਜ਼ਾਤ ਪਾਕ ਦੀ ਬਾਰਗਾਹ ਦੇ ਵਿੱਚ ਤੂੰ ਅਗਰ ਆਪਣੇ ਸਵਾਲ ਨੂੰ ਪੇਸ਼ ਕਰੇ ਤਾਂ ਜਾਣ ਦੇ ਨਾਲ, ਫਰਮਾਉਂਦੇ ਨੇ ਕਿ ਰੂਹ ਦੀ ਜ਼ਬਾਨ ਦੇ ਨਾਲ ਆਪਣੀ ਤਕਲੀਫ ਨੂੰ ਪੇਸ਼ ਕਰ